ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਇੱਕ ਅਜਿਹੇ ਹੋਸਪਿਟਲ ਨੂੰ ਜੋ ਕਿ ਆਪਣੀ ਬਿਹਤਰੀਨ ਸਰਵਿਸਿਜ਼ ਕਰਕੇ ਜਾਣਿਆ ਜਾਂਦਾ ਹੈ। ਵੈਸੇ ਤਾਂ ਇੱਥੇ ਹਰ ਤਰ੍ਹਾਂ ਦੇ ਇਲਾਜ ਸੰਭਵ ਨੇ, ਪਰ ਜੇ ਗੱਲ ਕੀਤੀ ਜਾਵੇ ਕਿਡਨੀ ਟ੍ਰਾਂਸਪਲਾਂਟ ਦੀ ਅਤੇ ਲੀਵਰ ਟ੍ਰਾਂਸਪਲਾਂਟ ਦੀ, ਤਾਂ ਇਹ ਲੁਧਿਆਣੇ ਦਾ ਬੈਸਟ ਹੋਸਪਿਟਲ ਮੰਨਿਆ ਜਾਂਦਾ ਹੈ। ਬਿਲਕੁਲ ਸਹੀ ਪਹਿਚਾਣਿਆ, ਅਸੀਂ ਖੜ੍ਹੇ ਹਾਂ ਇਕਾਈ ਹੋਸਪਿਟਲ ਦੇ ਬਿਲਕੁਲ ਬਾਹਰ, ਪਰ ਉਸ ਤੋਂ ਪਹਿਲਾਂ ਐਡਰੈਸ ਜ਼ਰੂਰ ਨੋਟ ਕਰ ਲਵੋ, ਚੰਡੀਗੜ੍ਹ ਰੋਡ ਲੁਧਿਆਣਾ। ਆਓ ਚੱਲ ਕੇ ਦੇਖਦੇ ਹਾਂ ਕੀ ਕੁਝ ਹੈ ਖਾਸ। ਸਿਕਿਉਰਿਟੀ ਚੈੱਕ ਪੋਸਟ, ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀ ਵੱਡੀ ਗੱਡੀ ਇੱਥੇ ਮੌਜੂਦ ਹੈ। ਇਹ ਰੌਣਕ ਦੇਖ ਰਹੇ ਹੋ, ਇਹ ਇੱਕ ਦਿਨ ਦੀ ਇਕੱਠੀ ਕੀਤੀ ਹੋਈ ਨਹੀਂ ਹੈ, ਇਹ ਲੋਕਾਂ ਦਾ ਇੰਨੇ ਲੰਬੇ ਸਮੇਂ ਦਾ ਭਰੋਸਾ ਹੈ ਜੋ ਇਸ ਹੋਸਪਿਟਲ ਦੇ ਨਾਲ ਜੁੜਿਆ ਹੋਇਆ ਹੈ। ਜੀ ਫਾਰਮੇਸੀ ਕਾਊਂਟਰ, ਇੱਥੇ ਕੰਟਰੋਲ ਰੇਟ 'ਤੇ ਜੈਨੂਅਨ ਮੈਡੀਸਿਨਸ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਇਹ ਹੈ ਜੀ ਅਕਾਈ ਹੋਸਪਿਟਲ ਦਾ ਡਾਇਲਸਿਸ ਡਿਪਾਰਟਮੈਂਟ। ਕ੍ਰਿਟੀਕਲ ਕੇਸਿਸ ਨੂੰ ਹੈਂਡਲ ਕਰਨ ਦੇ ਲਈ ਇੱਥੇ ਮੌਜੂਦ ਹੈ ਐਮਰਜੈਂਸੀ ਵਾਰਡ, ਜਿੱਥੇ ਕਿ 24/7 ਡਾਕਟਰਸ ਅਵੇਲੇਬਲ ਨੇ। ਜੇ ਜਨਰਲ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪ੍ਰੋਪਰ ਨੀਟ ਐਂਡ ਕਲੀਨ ਅਤੇ ਹਾਈਜੀਨਿਕ ਮਿਲੇਗਾ। ਅਕਾਈ ਹੋਸਪਿਟਲ ਦੇ ਰਿਹਾ ਹੈ 4 ਐਡਵਾਂਸਡ ਓਪਰੇਸ਼ਨ ਥੀਏਟਰਸ, ਜੋ ਕਿ ਹਰ ਤਰ੍ਹਾਂ ਦੇ ਓਪਰੇਸ਼ਨਸ ਕਰਨ ਦੇ ਵਿੱਚ ਸਕਸ਼ਮ ਹੈ। ਜ਼ਿਆਦਾਤਰ ਕੇਸਿਸ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਪੇਸ਼ੈਂਟਸ ਨੂੰ ਘਰ ਵਰਗਾ ਮਾਹੌਲ ਚਾਹੀਦਾ ਹੁੰਦਾ ਅਤੇ ਉਸ ਹਾਲਤ ਦੇ ਵਿੱਚ ਉਹ ਆਪਣੇ ਪ੍ਰਾਈਵੇਟ ਰੂਮ ਦੀ ਡਿਮਾਂਡ ਵੀ ਕਰਦਾ। ਇਹੋ ਜਿਹੀ ਕੰਡੀਸ਼ਨ ਦੇ ਵਿੱਚ ਤੁਹਾਡੀ ਹੀ ਡਿਮਾਂਡਸ ਨੂੰ ਫੁਲਫਿਲ ਕਰਨ ਦੇ ਲਈ ਹੋਸਪਿਟਲ ਪ੍ਰੋਵਾਈਡ ਕਰਵਾ ਰਿਹਾ ਡੀਲੈਕਸ ਲੈਵਲ ਦੇ ਪ੍ਰਾਈਵੇਟ ਰੂਮਸ। ਕਈ ਕੇਸਿਸ ਦੇ ਵਿੱਚ ਪੇਸ਼ੈਂਟਸ ਨੂੰ ਫਿਜ਼ੀਓਥੈਰੇਪਿਸਟ ਦੀ ਲੋੜ ਹੁੰਦੀ ਹੈ, ਉਸ ਲਈ ਹੋਸਪਿਟਲ ਮੁਹੱਈਆ ਕਰਵਾ ਰਿਹਾ ਫਿਜ਼ੀਓਥੈਰੇਪੀ ਦੀ ਸੁਵਿਧਾ। ਹੋਸਪਿਟਲ ਦੇ ਵਿੱਚ ਮਿਲ ਰਹੀ ਹੈ 24/7 ਬਲੱਡ ਬੈਂਕ ਦੀ ਸੁਵਿਧਾ। ਸਤਿ ਸ਼੍ਰੀ ਅਕਾਲ ਦੋਸਤੋ, ਯੂਰੋਲੋਜੀ ਐਂਡ ਕਿਡਨੀ ਟ੍ਰਾਂਸਪਲਾਂਟ ਦੇ ਲਈ ਉੱਤਰੀ ਭਾਰਤ ਵਿੱਚ ਜਾਣਿਆ ਜਾਂਦਾ ਇਕਾਈ ਹੋਸਪਿਟਲ, ਅੱਜ ਅਸੀਂ ਉਹਨਾਂ ਦੇ ਚੇਅਰਮੈਨ ਡਾਕਟਰ ਬਲਦੇਵ ਔਲਖ ਜੀ ਨਾਲ ਗੱਲਬਾਤ ਕਰਨ ਆਏ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਸਾਨੂੰ ਥੋੜ੍ਹਾ ਇਸ ਬਾਰੇ ਜਾਣਕਾਰੀ ਦਿਓ ਕਿ ਇਸ ਹੋਸਪਿਟਲ ਦੇ ਵਿੱਚ ਸਿਰਫ ਯੂਰੋਲੋਜੀ ਔਰ ਕਿਡਨੀ ਟ੍ਰਾਂਸਪਲਾਂਟ ਤੋਂ ਇਲਾਵਾ ਹੋਰ ਕਿਹੜੀਆਂ ਸਹੂਲਤਾਂ ਨੇ ਜੋ ਇੱਥੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਨੇ? ਇਕਾਈ ਹੋਸਪਿਟਲ ਇੱਕ ਮਲਟੀ ਸਪੈਸ਼ਲਿਟੀ ਹੋਸਪਿਟਲ ਹੈ ਜਿਹੜਾ ਕਿ ਨੌਰਥ ਇੰਡੀਆ ਦੇ ਵਿੱਚ ਆਪਣੀਆਂ ਹਰ ਸੇਵਾਵਾਂ ਦੇ ਲਈ ਬਹੁਤ ਹੀ ਫੇਮਸ ਹੈ।
ਮਸ਼ਹੂਰ ਹੈ ਕਿਉਂਕਿ ਇੱਥੇ ਡਾਕਟਰਾਂ ਦਾ ਐਕਸਪੀਰੀਅੰਸ 35-35 40-40 ਸਾਲ ਤੋਂ ਵੀ ਜ਼ਿਆਦਾ ਹੈਗਾ ਔਰ ਹਰ ਫੀਲਡ ਦੇ ਜਿਹੜੇ ਡਾਕਟਰ ਉਹ ਆਪਣੇ ਆਪਣੇ ਖੇਤਰ ਦੇ ਮਾਹਿਰ ਨੇ। ਕਿਡਨੀ ਟਰਾਂਸਪਲਾਂਟ ਹੋ ਗਈ, ਯੂਰੋਲੋਜੀ ਹੋ ਗਈ, ਯੂਰੋ ਕੈਂਸਰ ਹੋ ਗਿਆ ਜਿਹਦੇ 'ਚ ਬਲੈਡਰ, ਪ੍ਰੋਸਟੇਟ ਕੈਂਸਰ, ਕਿਡਨੀ ਕੈਂਸਰ, ਪੱਤੀਆਂ ਦਾ ਇਲਾਜ ਹੋ ਗਿਆ, ਲੇਟੈਸਟ ਟੈਕਨੋਲੋਜੀ ਨਾਲ ਇਲਾਜ ਹੋ ਗਿਆ ਜਿੱਦਾਂ ਐਡਵਾਂਸਡ ਲੇਜ਼ਰ ਹੈ ਇਸ ਹਸਪਤਾਲ ਦੇ ਵਿੱਚ, ਲੈਪਰੋਸਕੋਪਿਕ ਪ੍ਰੋਸੀਜਰ ਹੈ ਇਨਕਲੂਡਿੰਗ ਰੋਬੋਟਿਕ ਸਰਜਰੀ ਵੀ ਹੈ। ਬਾਕੀ ਜਿਹੜੀਆਂ ਸੇਵਾਵਾਂ ਜਿੱਦਾਂ ਮਦਰ ਐਂਡ ਚਾਈਲਡ ਇੰਸਟੀਚਿਊਟ ਹੈਗੀ ਹੈ ਸਾਡੇ ਕੋਲ, ਜੱਚਾ ਬੱਚਾ ਵਿਭਾਗ ਦਾ ਵੀ ਬੜੀਆਂ ਅੱਛੀਆਂ ਸਹੂਲਤਾਂ ਹੈਗੀਆਂ, ਔਰਥੋ ਐਂਡ ਜੁਆਇੰਟ ਰਿਪਲੇਸਮੈਂਟ ਡਿਪਾਰਟਮੈਂਟ ਹੈਗਾ, ਨਿਊਰੋ ਸਾਇੰਸ ਜਿਹਦੇ 'ਚ ਨਿਊਰੋ ਸਰਜਰੀ ਆ ਜਾਂਦੀ ਹੈ, ਨਿਊਰੋਲੋਜੀ ਆ ਜਾਂਦੀ ਹੈ, ਅਤੇ ਅੱਜ ਕੱਲ੍ਹ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਕੋਮਨ ਬਿਮਾਰੀਆਂ ਹੁੰਦੀਆਂ, ਕੈਂਸਰ ਅਤੇ ਕੈਂਸਰ ਸਰਜਰੀ ਦਾ ਇਲਾਜ ਬੜੇ ਅੱਛੇ ਤਰੀਕੇ ਨਾਲ ਹੁੰਦਾ ਹੈਗਾ। ਦੈਨ ਜਨਰਲ ਮੈਡੀਸਨ ਇੰਟੈਂਸਿਵ ਕੇਅਰ ਯੂਨਿਟ, ਸਾਡੇ ਕੋਲ 3-4 ਤਰ੍ਹਾਂ ਦੇ ਇੰਟੈਂਸਿਵ ਕੇਅਰ ਯੂਨਿਟ ਹੈ, ਟਰਾਂਸਪਲਾਂਟ ਇੰਟੈਂਸਿਵ ਕੇਅਰ ਯੂਨਿਟ ਹੈ ਜਿੱਥੇ ਕਿਡਨੀ ਅਤੇ ਲਿਵਰ ਟਰਾਂਸਪਲਾਂਟ ਦੀ ਫੈਸਿਲਿਟੀ ਹੈ, ਦੈਨ ਸਰਜੀਕਲ ICU ਹੈ, ਦੈਨ ਮੈਡੀਕਲ ICU ਹੈ, ਦੈਨ ਨਿਊਰੋਨੇਟਲ ICU ਹੈ, ਨਿੱਕੂ ਜਿਹਨੂੰ ਕਹਿੰਦੇ ਹੈਗੇ ਆ, ਅਤੇ ਇਹ 3-4 ਤਰ੍ਹਾਂ ਦੇ ਸਾਡੇ ਕੋਲ ICU ਹੈ। ਓਪਰੇਸ਼ਨ ਥੀਏਟਰ ਸਾਡੇ ਕੋਲ ਬਿਲਕੁਲ ਅਲਟਰਾ ਮਾਡਰਨ ਨੇ ਵਿਦ ਲੇਟੈਸਟ ਇਕਵਿਪਮੈਂਟ ਅਤੇ ਫੈਸਿਲਿਟੀਜ਼ ਅਵੇਲੇਬਲ ਹੈਗੀਆਂ। ਜਿਹੜੀਆਂ ਬਾਕੀ ਹੋਰ ਵੀ ਸੇਵਾਵਾਂ ਹਜੇ ਜਸਟ ਹਾਰਟ ਸਰਜਰੀ ਸ਼ੁਰੂ ਨਹੀਂ ਕੀਤੀ, ਪਰ ਅਸੀਂ ਬਾਕੀ ਹਰ ਤਰ੍ਹਾਂ ਦਾ ਫੀਲਡ ਹੈ ਜਿਹਦੇ ਵਿੱਚ ਬੜੇ ਚੰਗੇ ਢੰਗ ਨਾਲ ਹਰ ਮਰੀਜ਼ ਨੂੰ ਇੱਕ ਪੈਸ਼ਨੇਟ ਤਰੀਕੇ ਦੇ ਨਾਲ ਠੀਕ ਕੀਤਾ ਜਾਂਦਾ ਹੈਗਾ। ਅਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਕਿ ਇੱਥੇ ਹਰ ਤਰ੍ਹਾਂ ਦਾ ਜਿਹੜਾ ਇਲਾਜ ਹੈ ਉਹ ਕੋਸਟ ਇਫੈਕਟਿਵ ਹੈ, ਅਫੋਰਡੇਬਲ ਹੈ, ਕਿ ਹਰ ਪੇਸ਼ੈਂਟ ਦੀ ਪੋਕਟ ਦੇ ਵਿੱਚ ਅਫੋਰਡ ਕੀਤਾ ਜਾਵੇ ਅਤੇ ਹਰ ਤਰ੍ਹਾਂ ਦੇ ਮਰੀਜ਼ ਨੂੰ ਇੱਥੇ ਇਲਾਜ ਦਿੱਤਾ ਜਾਵੇ। ਜਿਹੜਾ ਮਰੀਜ਼ ਇਲਾਜ ਲਈ ਪੈਸੇ ਖਰਚ ਨਹੀਂ ਕਰ ਸਕਦਾ ਉਹਨੂੰ ਅੱਛੇ ਤਰੀਕੇ ਨਾਲ ਡਿਸਕਾਊਂਟ ਵੀ ਕੀਤੇ ਜਾਂਦੇ।